ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਹੀ ਭਾਵੇਂ ਭਾਈ ਮਲਕੀਅਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਨਿਯੁਕਤ ਕਰਨ ਦਾ ਫੈਸਲਾ ਲਿਆ ਗਿਆ ਸੀ, ਪਰ ਤਾਜਪੋਸ਼ੀ ਭਾਈ ਸੁਖਦੇਵ ਸਿੰਘ ਦੀ ਹੈੱਡ ਗ੍ਰੰਥੀ ਵਜੋਂ ਕਰ ਦਿੱਤੀ ਗਈ ਹੈ। ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਭਾਈ ਸੁਖਦੇਵ ਸਿੰਘ ਨੂੰ ਉਹਨਾਂ ਦੀਆਂ ਪੰਥ ਪ੍ਰਤੀ ਨਿਭਾਈਆਂ ਗਈਆਂ ਵਡਮੁੱਲੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਹਨਾਂ ਦੀ ਨਿਯੁਕਤੀ ਮੁੱਖ ਗ੍ਰੰਥੀ ਵਜੋਂ ਕਰ ਦਿੱਤੀ ਗਈ ਹੈ। ਭਾਈ ਮਲਕੀਅਤ ਸਿੰਘ ਆਸਟ੍ਰੇਲੀਆ ਗਏ ਹੋਏ ਸਨ ਅਤੇ ਬੀਤੀ ਸ਼ਾਮ ਹੀ ਵਾਪਸ ਪਰਤੇ ਨੇ। ਉਹਨਾਂ ਦੀ ਛੁੱਟੀ 15 ਮਈ ਤੱਕ ਸੀ। ਕੁਝ ਕਾਰਨਾਂ ਕਰਕੇ ਭਾਈ ਮਲਕੀਅਤ ਸਿੰਘ ਨੂੰ ਫਿਲਹਾਲ ਇਹ ਅਹੁਦਾ ਦੇਣਾ ਅਸੰਭਵ ਜਾਪਦਾ ਹੈ। ਹੈੱਡ ਗ੍ਰੰਥੀ ਦੀ ਆਸਾਮੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਬਰਖਾਸਤ ਜਥੇਦਾਰ ਗਿਆਨੀ ਗੁਰਮੁਖ ਸਿੰਘ ਦਾ ਤਬਾਦਲਾ ਜਿੰਦ ਦੇ ਗੁਰਦੁਆਰਾ ਧਮਤਾਨ ਵਿਖੇ ਕਰਨ ਮਗਰੋਂ ਖਾਲੀ ਹੋਈ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਸ ਪ੍ਰਗਟ ਕੀਤੀ ਹੈ ਕਿ ਭਾਈ ਸੁਖਦੇਵ ਸਿੰਘ ਗੁਰੂ ਪੰਥ ਨੂੰ ਸਮਰਪਿਤ ਹੁੰਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਨਿਭਾਉਣਗੇ।